ਅੰਦਰ ਮੈਂ ਬੜੇ ਐਕਸਪੈਰੀਮੈਂਟ ਕੀਤੇ ਹੋਏ ਵੈਸੇ ਹੋਰ ਗੱਲਾਂ ਦੀਆਂ ਗੱਲਾਂ ਹਾਂ ਕਿੰਨੀ ਤੇਜ਼ ਖੇਚ ਚਤਰੀ ਇੱਕ ਸਟਾਰਟ कल मुंह धोता सी अज तो ना गया कल मुंह धोता डाला डाला नवी टोर लेके आया भाई हाँ सो गाइस पेचा लान लगा तो देख दे बाकी डोर ना पैरां च ना ली क्यों ना ली वो कॉटन दी डोर है यार फिर तो पता माड़ी पैरां च आके यार रगड़ी गई ना टक पे सो प्रिंस दा पेचा देख दे की बंदा है अज ए चल प्रिंस देख दे की कर सकदा तू अज ठीक है मार देना वजन नहीं आएगा इधर ही खिंच दी ऊपर लाया लाया खिंची लिया उधर आके लाएगा पेचा लग गया ओ चक बड़ा तगड़ा वड्या मुंडे ने ऐ नहीं पैंदे लपेटे टेंशन नाल बाकी जिन्हें गिवे लेना वीडियो थले लाइक शेयर सब्सक्राइब ते कमेंट कर दो ते कमेंट करके कुछ भी कमेंट कर दो ते बन के सब्सक्राइबर होने तो बाद असीं गिवे देवांगे ते ज्यादा तो ज्यादा सब्सक्राइब करना है ताकि बन के सब्सक्राइबर जल्दी होन ते बाकी टारगेट है 5 दिन दे अंदर अंदर बन के सब्सक्राइबर्स करन दा ते ज्यादा तो ज्यादा करो बुक्की भैया शॉपर तेनु पे क्या तो सी कोटम दी डोर है अल्ला फट दा सो जे छड़ देंदा की बंदा अगे है प्रिंस दी चढ़ाई बड़ी प्रिंस दी चढ़ाई बड़ी है हैना दिखाई प्रिंस ओए एक काम कर हत्तो तोड़ दे पतंग नूं जान दे पतोड़ी जांदा पतंग तो तोड़ी तोड़ दिए हुण वड़वाना दी वड़ेगा तू और कुछ किन्ने रुपये चंगा होर कुछ होर फिर अनमोल आ कि नवा पतंग डाले पिछला किधर गया जा मैं थोड़ी देर बाद थले की चल गया तुसी पतंग ही वड़वाता है जमा ही वड़वाता तुसी पतंग जा यार हुण एक ही रह गया बस ले चल खिच मार के दिखा कितनी तेज खिच तेरी एक मिनट रुक 1 2 3 3 स्टार्ट चल वधा ना आप अनमोल जी देखेंगे अपने दी कितनी तेज खिच मारदा है चल ऊपर वाथो आ जावेगा ला ला चल ओंदा पे चलाओगे तुसी चल 1 2 3 ले ये तो पहला ही शुरू हो गया अनमोल दी मन ज्यादा तेज लगदी है चल वधा हुण हुण मैं मार के दिखाना मेरी स्लो है सारा तो मैनूं पतंग कट्टी डाने आंदे हो साइड चल अल्ला कैमरा फड़ इधर वाले इधरो दिखाई मैं इधरो मार चल बेटी ले ना तोड़ शॉट ओ कर दे दोबारा हां भी कट के कट रही है दी ओ चल चल अपनी भाई यार कट कर दे एक बारी चल पिच लाएगा तू रहन दे यार प्रिंस ओए डोर कदों लेके आंदी अज लेके आंदी तू ना वादू चर हो गया ते फिर रखी के होई सी शाम के हैं वैसी पागल बंदा तू मैं बसंत वाले डाऊंगा आज मेरे कुंची जोड़ी मैं कह चल इन दे नाल ही डाल दे ओके हुन पिच लान लगा बड़ी च ना जावे देख ला ये गया
ਚੱਕ ਗਿਆ ਕਰਦੇ ਫਿਰ ਅੱਜ ਆ ਰਿਹਾ ਪਾਰ ਹਨਾ ਆਪਣੇ ਕੋਲ ਡੋਰ ਤਾਂ ਪੂਰੀ ਸਾਰਾ ਤੱਕੜ ਡੋਰ ਆਪਣੇ ਕੋਲ ਅਨਮੋਲ ਬਾਈ ਨੇ ਲੈ ਕੇ ਆਂਦੀ ਹੈ ਕਿਵੇਂ ਕਹਿ ਪਰ ਕੀ ਸੀ ਸਾਰੇ ਬਲ ਚੁੱਪੇ ਪੈਦਰੇ ਲੈ ਹੁਣ ਉਧਰ ਲੈ ਗਿਆ ਓਏ ਡੋਰ ਕੋਟਰ ਵਾਲੀ ਖਰਾਬ ਹੋ ਜੂਗੀ ਸਾਰੀ ਪੈਰਾ ਚ ਆ ਕੇ ਵਧਾ ਲਾ ਥੱਲੇ ਨਾ ਰੱਖ ਉਹ ਪੇ ਚਲਾਣ ਆਊਗਾ ਉਹ ਥੋੜੀ ਦੇਰ ਤੱਕ ਤੇਰੇ ਕੋਲੇ ਅੱਜ ਤੰਗ ਘੱਟ ਉੱਡੀ ਦੇ ਚਲੋ ਫਿਰ ਵੀ ਪੇ ਚਲਾਣ ਜੋਗੇ ਤਾਂ ਹੈਗੇ ਇੱਕ ਵੱਡੇ ਸੀਸੇ ਕਰਕੇ ਹੁਣ ਪੇ ਚਲਾਣ ਨਹੀਂ ਆਈਂਦਾ ਉਹਦੇ ਕੋਲ ਇੱਕ ਹੁਣ ਪ੍ਰਿੰਸ ਹੱਥੋਂ ਤੋੜ ਕੇ ਦਿਖਾ ਦੇ ਚੈਲੰਜ ਆ ਮੈਂ ਤੋੜ ਵੀ ਦੂੰਗਾ ਆਹੋ ਅੱਗੇ ਫੜ ਲੈਣੀ ਆ ਨਾ ਤਾਂ ਕਰਕੇ ਫਿਰ ਮੰਗਣਾ ਨਹੀਂ ਵਾਪਸ ਨਹੀਂ ਮੰਗਣਾ ਨਹੀਂ ਐ ਤਾਂ ਫਿਰ ਚੀਟਿੰਗ ਹੋ ਜੂਗੀ ਉਹਨਾਂ ਦੇ ਜਿਗਰ ਆ ਤਾਂ ਤੇਰੇ ਚ ਖਿੱਚ ਲਿਆ ਆ ਵੇਖੋ ਮੇਰੀ ਵਿਚਾਰੀ ਚਿਰਾ ਖੜੀ 6-7 ਸਾਲ ਪੁਰਾਣੀ ਚਿਰਾ ਖੜੀ ਇਹਦੇ ਤੇ ਡੋਰ ਹੁੰਦੀ ਸੀ ਕਿਸੇ ਟਾਈਮ ਤੇ ਵਧੀਆ ਜਿਹਦੇ ਨਾਲ ਮੈਂ ਡਾਂਦਾ ਹੁੰਦਾ ਸੀ ਹੁਣ ਖਤਮ ਹੈ ਤੇ ਮੈਂ ਬੜੇ ਐਕਸਪੈਰੀਮੈਂਟ ਕੀਤੇ ਹੋਏ ਵੈਸੇ ਹੋਰ ਗੱਲਾਂ ਦੀਆਂ ਗੱਲਾਂ ਕਿਹਦੇ ਨਾਲ ਪੇ ਚੱਲਣ ਲੱਗਾ ਉਹਨਾਂ ਨਾਲ ਕਿੱਥੇ ਜਾਣ ਤੋਂ ਭੇਜ ਦੇਗਾ ਨਰਕ ਭੇਜ ਦੇਗਾ ਇਹਨੂੰ ਓਏ ਓਏ ਪ੍ਰਿੰਸ ਕੀ ਕਹਿ ਗਿਆ ਚੱਲ ਚੱਲ ਵਾਪੇ ਚੱਲ ਆ ਤੂੰ ਪਕਾਈ ਨਾ ਮਾਰ ਕਿੱਥੇ ਹੋ ਵੱਡਾ ਹਨਾ ਕੀ ਹੋ ਗਿਆ ਉਹਨੂੰ ਬਈ ਉਹ ਕਾਲੇ ਪਤੰਗ ਨੇ ਉਹ ਲੋ ਪਤੰਗ ਉੱਡਿਆ ਸੀ ਉਹ ਦੇਖੋ ਗੁੜੀ ਚ ਗੁੜੀ ਚ ਗੁੜੀ ਡਿੱਗਿਆ ਜਲਦੀ ਆ ਜਲਦੀ ਗਲੀ ਚ ਗਲੀ ਚ ਕੌਣ ਗਿਆ ਲਵਿਸ਼ ਕੀ ਹੋਈ ਯੂਈ ਲਵਿਸ਼ ਤਾਂ ਨਹੀਂ ਕਰ ਸਕਦਾ ਜੇ ਕੰਮ ਭੱਜੇ ਨਾਲੇ ਉਹ ਜਸ ਆ ਉਹ ਲਚਕ ਲੁੱਟ ਲਿਆ ਸਟਾ ਉਹਦਾ ਬਣਾਉਣਾ ਲੱਗਣ ਵਾਲਿਆ ਉਹ ਲਿਆ ਪਤੰਗ ਲਾਏਗਾ ਤਾਂ ਲੱਗਣਗੇ ਐ ਤਾਂ ਲੱਗਣ ਉਹਰੇ ਓਏ ਲਾਣਾ ਕਿੰਦੇ ਨਾਲ ਅਨਮੋਲ ਤਾਂ ਪ੍ਰਿੰਸ ਤੈਨੂੰ ਐ ਸਮਝਾਈ ਜਾਂਦੀ ਹੈ ਉਹਨੇ ਜਿਹੜੀ ਖਿੱਚ ਮਾਰਨੀ ਹੈ ਨਾ ਮੈਂ ਕਹਿੰਦਾ ਤੂੰ ਉਹਦਾ ਪਤੰਗ ਸਹੀ ਨਹੀਂ ਹੈਗਾ ਨਹੀਂ ਤਾਂ ਉਹਨੇ ਤੇਰੇ ਪਤੰਗ ਦੀ ਜਖਣਾ ਪਟਾ ਦੇਣੀ ਸੀ ਅੱਜ ਓਏ ਉਹਦੇ ਤੇ ਰੱਖ ਦੇ ਪਤੰਗ ਕਿਹਦੇ ਤੇ ਉਹਦੀ ਫਿਰ ਚੜੀ ਖਿੱਚ ਮਚਾਈ ਹੋ ਗਈ ਲਿਆ ਖਿੱਚ ਲਿਆ ਲੈ ਨਿਕਲ ਗਿਆ ਪੇਚਾ ਪਰ ਇਸ ਦਾ ਪੇਚਾ ਮੋਸਟਲੀ ਐ ਹੀ ਹੁੰਦਾ ਨਿਕਲਦਾ ਹੀ ਹੈ ਪੈਰਾਂ ਚ ਡੋਰ ਕਰਾ ਉਹ ਕਰੀ ਜਾਂਦਾ ਗੁੰਝਲ ਹੋ ਗਈ ਨੇ ਡੋਰ ਇੰਨੀ ਦੇਰ ਦਾ ਮੈਂ ਕੈਮਰਾ ਖੋਲ ਕੇ ਖੜਾ ਵੀ ਜਾਂਦਾ ਪੇਚਾ ਲੱਗੂਗਾ ਪਰ ਇਹ ਬੰਦਾ ਪੇਚਾ ਲਾਉਣ ਦੇ ਆਈ ਜਾਂਦਾ ਤਾਂ ਵੱਢ ਕੇ ਦਿਖਾਵਾਂਗੇ ਅੱਜ ਤੁਹਾਨੂੰ ਇੱਕ ਹੋਰ ਪਤੰਗ ਚੈਲੇਂਜ ਹੈ ਪ੍ਰਿੰਸ ਦਾ ਸਾਰਿਆਂ ਨੂੰ ਇਹ ਪਤੰਗ ਵੱਢ ਕੇ ਦਿਖਾਉਣਾ ਇਹਨੇ ਹਵਾ ਤੋਂ ਬਾਹਰ ਪੇਚਾ ਲਾਉਣ ਚੱਲਾ ਪਰ ਫਿਰ ਵੀ ਵੀ ਟਰਾਈ ਬੈਸਟ ਹਨ ਉਹਦੇ ਲੁੱਟਿਆ ਪਤੰਗ ਡਾਤਾ ਉਹਨਾਂ ਨੇ ਸੋ ਪੇਚਾ ਲੱਗਣ ਲੱਗਾ ਹੁਣ ਆਪਣਾ ਦੂਜੂ ਫੜ ਲਾ ਨਾ ਡੋਰ ਉੱਤੇ ਤਾਂ ਚੱਕ ਕੇ ਰੱਖ ਫੇਰ ਹੀ ਪੇਚਾ ਲਾਣ ਆਊਗਾ ਲੱਗਦਾ ਹੀ ਨਹੀਂ ਪਿਆ ਫਿਰ ਪੇਚਾ ਯਾਰ ਕੀ ਹੈ ਓਏ ਜਦੋਂ ਪੇਚਾ ਲਾਣ ਲੱਗਦਾ ਤੂੰ ਪਾਸੇ ਲੈ ਜਾਂਦਾ ਡਰਪੋਕ ਹੀ ਹੈ ਸਿਰੇ ਦਾ ਹੁਣ ਤੂੰ ਦੇਖੀ ਲਪੇਟ ਯਾਰ ਅਨਮੋਲ ਯਾਰ ਬਸ ਯਾਰ ਬਹੁਤ ਹੋ ਗਿਆ ਕੌਣ ਵਾਰੀ ਵਾਰੀ ਵਿਚਾਰਨ ਲਪੇਟਣ ਦੀ ਲਾ ਰੱਖਿਆ ਹੈ ਉਧਰ ਨਹੀਂ ਜਾਂਦਾ ਤੇਰਾ ਪਤੰਗ ਟੈਨਸ਼ਨ ਨਾ ਲੈ ਤੂੰ ਉਤਾਰ ਲਿਆ ਉਤਾਰ ਲਿਆ ਕੀ ਜਦੋਂ ਪਤਾ ਹੀ ਸੀ ਨਹੀਂ ਜਾਂਦਾ ਉਤਾਰ ਲਿਆ ਉਤਾਰ ਲਿਆ ਨਾ ਵੇਖ ਲੈ ਹਾਂ ਉਹ ਅਨਮੋਲ ਨੂੰ ਵੀ ਡਾਲ ਨੂੰ ਦੇਤਾ ਵਾ ਸ਼ੁਕਰ ਅੱਲਾ ਹਾਂ ਵੀ ਬਿਠਾਇਆ ਨਹੀਂ ਅੜ ਗਿਆ ਸੀਗਾ ਸਿੱਧਾ ਕਹਿ ਬਿਠਾਇਆ ਉੱਲੂ ਬਣਾਉਂਦਾ ਉਹਨੂੰ ਆਪਦੇ ਜਣੇ ਪ੍ਰਿੰਸ ਨੂੰ ਪ੍ਰਿੰਸ ਕਹਾ ਉੱਲੂ ਹੈ ਹਨਾ ਵੀ ਪ੍ਰਿੰਸ ਉੱਲੂ ਹੀ ਸਮਝ ਰੱਖਿਆ ਜਮਾ ਹੀ ਪ੍ਰਿੰਸ ਨੂੰ ਉੱਲੂ ਸਮਝ ਰੱਖਿਆ ਤੁਸੀਂ ਤਾਂ ਜਾ ਯਾਰ ਪ੍ਰਿੰਸ ਤੈਨੂੰ ਉੱਲੂ ਸਮਝਦਾ ਯਾਰ ਦੇਖ ਲੈ ਇਹਨੂੰ ਕਹਿ ਕਰ ਯਾਰ ਲੜਿਆ ਕਰ ਇਹਨੂੰ
अड़क गया पतंग उत्तों कहिंदा बिठाया हुण टैंकी दे उत्ते बिठाऊगा पतंग यार है ना यार पागल है ना चल लपेट नहीं डाणा हुण वद्दू हो गई तक अब तो पतंग ते डांदा नहीं। सो इस लोग नूं आपां थैंक करदे आं। आई होप तुहानूं पसंद आया। पसंद आया वीडियो लाइक करो, शेयर करो, सबसक्राइब करो, गिव वास्ते कमेंट कर दो, कोई वधिया जिहा बन के सबसक्राइबर होण तों बाद दवांगे। सो मिलदे तुहानूं एज़ ए नैक्सट लोग विच। थैंक यू सो मच फॉर वॉचिंग। बाय।